ਜੀ ਅਸੀਂ ਹਰ ਚੀਜ਼ ਅਜ਼ਮਾ ਕੇ ਵੇਖ ਲਈ ਪਰ ਸਾਡਾ ਵਜ਼ਨ ਘਟਦਾ ਹੀ ਨਹੀਂ ਕਾਲੀ ਜੀਰੀ ਆ ਬੰਦੇ ਨੇ ਚੰਗੀ ਤਰ੍ਹਾਂ ਦੇਖੋ ਰਗੜ ਕੇ ਇਹਦਾ ਅੱਧਾ ਚਮਚ ਸਵੇਰੇ ਖਾਲੀ ਪੇਟ ਲੈਣਾ ਕਾਲੀ ਜੀਰੀ ਕਾਲੀ ਜੀਰੀ ਦਾ ਸਿਰਫ ਅੱਧਾ ਚਮਚ ਇਹ ਕਿੱਥੋਂ ਲੈ ਕੇ ਆਇਓ ਜੀ ਕਾਲੀ ਜੀ ਬਸ ਇਹ ਇੱਥੋਂ ਮਿਲ ਜਾਂਦੀ ਐ ਜੀ ਹਰ ਜਗ੍ਹਾ ਅੱਧਾ ਚਮਚ ਇਹਦਾ ਤੁਸੀਂ ਖਾਲੀ ਪੇਟ ਲੈਣਾ ਸ਼ੁਰੂ ਕਰ ਦਿਓ ਅੱਜ ਵਜ਼ਨ ਚੈੱਕ ਕਰ ਲਿਓ ਤੇ ਮਹੀਨੇ ਬਾਅਦ ਚੈੱਕ ਕਰ ਲਿਓ ਜੀ ਰੋਟੀ ਘਟਾਤੀ ਪਰ ਸਾਡਾ ਵਜ਼ਨ ਘਟਦਾ ਨਹੀਂ ਵਜ਼ਨ ਸਾਡਾ ਉਹ ਨਹੀਂ ਹੈ ਰੋਟੀ ਛੱਡ ਕੇ ਵਜ਼ਨ ਘਟਾਇਆ ਜਾ ਸਕਦਾ ਹੈ ਜਿਹੜੇ ਬੰਦੇ ਨੂੰ ਖੜ ਕੇ ਆਪਣੇ ਪੈਰ ਨਹੀਂ ਦਿਖਦੇ ਤਾਂ ਸਮਝੋ ਉਹ ਬਿਮਾਰ ਹੈ ਹਰ ਘਰ ਦੇ ਵਿੱਚ ਕੋਈ ਨਾ ਕੋਈ ਮੋਟਾ ਬੰਦਾ ਜਾਂ ਮੋਟੀ ਜਨਾਨੀ ਹੈ ਜੇ ਮੋਟੀ ਮੋਟਾ ਬੰਦਾ ਜਾਂ ਮੋਟੀ ਜਨਾਨੀ ਨਾ ਹੋਵੇ ਤਾਂ ਮੋਟਾ ਬੱਚਾ ਹੈ ਜੀ ਇਹ ਤਾਂ ਕੀ ਕਰਨਾ ਆ ਦੇਖੋ ਤੁਸੀਂ ਅਰਗਵਦ ਇਹ ਐਡੀ ਕਮਾਲ ਦੀ ਚੀਜ਼ ਹੈ ਤੁਹਾਡੀ ਜਿਹੜੀ ਚਰਬੀ ਹੈ ਪੇਟ ਦੀ ਫालतू ਚਰਬੀ ਹੈ ਉਹਨੂੰ ਤੁਸੀਂ ਇਹ ਕਹਿ ਲਓ ਵੀ ਜਿੱਦਾਂ ਤੁਸੀਂ ਫਲਸ਼ ਸੀਟ ਤੇ ਤਜਾ ਪਾਉਨੇ ਹੋ ਹਰਪਿਕ ਪਾਉਨੇ ਹੋ ਓਦਾਂ ਇਹਨੂੰ ਨਿਚੋੜ ਕੇ ਬਾਹਰ ਕੱਢ ਦਿੰਦਾ ਇੰਨੀ ਕਮਾਲ ਦੀ ਚੀਜ਼ ਹੈ ਨੂੰ ਆਟਾ ਬਰੀਕ ਪੀਸ ਕੇ ਦੋ ਰੋਟੀ ਫੁੱਲਮੀ ਆਵੇ ਉਹ ਜਿਵੇਂ ਰੋਟੀ ਫੁੱਲਮੀ ਆਉਂਦੀ ਆ ਉਵੇਂ ਹੀ ਲੋਕਾਂ ਦੇ ਪੇਟ ਖੁੱਲੀ ਜਾਂਦੇ ਨੇ ਕਈ ਵਾਰੀ ਤੁਸੀਂ ਦੇਖਿਆ ਵੀ ਬੰਦੇ ਦਾ ਸਾਰਾ ਸਰੀਰ ਸੁੱਕਿਆ ਹੋਇਆ ਹੁੰਦਾ ਕੱਲਾ ਪੇਟ ਹੀ ਬਾਹਰ ਨੂੰ ਆਈ ਜਾਂਦਾ ਉਹ ਪੇਟ ਬਾਹਰ ਆਉਣ ਦਾ ਇਹੀ ਕਾਰਨ ਹੈ ਵੀ ਤੁਹਾਡਾ ਹਾਜਮਾ ਜਿਆਦਾ ਜਿਹੜਾ ਖਰਾਬ ਹੋ ਚੁੱਕਿਆ ਹੈ ਖਰਾਬ ਹੋਣ ਦੇ ਨਾਲ ਤੁਹਾਡਾ ਜਿਹੜਾ ਮਲ ਹੈ ਉਹ ਅੰਤੜੀ ਦੇ ਵਿੱਚ ਜਮਾ ਹੋਈ ਜਾਂਦਾ ਨੋਟ ਤੜਾ ਕੇ ਨਹੀਂ ਮੁੜਦਾ ਤੇ 벨ਟ ਤੋਂ ਬਾਹਰ ਆਇਆ ਢਿੱਡ ਉਹ ਵਾਪਸ ਨਹੀਂ ਮੁੜਦਾ ਠੀਕ ਹੈ ਇਹ ਮੁੜ ਸਕਦਾ ਹੈ ਨਹੀਂ ਮੁੜਦਾ ਦੇਖੋ ਬੈਲਟ ਤੋਂ ਬਾਹਰ ਆਇਆ ਢਿੱਡ ਬਿਲਕੁਲ ਮੁੜ ਸਕਦਾ ਹੈ ਤੁਸੀਂ ਆਪਣੀ ਰਸੋਈ ਚੋਂ ਚੀਨੀ ਕੱਢ ਲਓ ਤੁਸੀਂ ਆਪਣੀ ਰਸੋਈ ਚੋਂ ਮੈਦਾ ਕੱਢ ਦੋ ਤੁਸੀਂ ਆਪਣੀ ਰਸੋਈ ਚੋਂ ਚਟਾ ਖੂਨ ਨੂਨ ਕੱਢ ਦੋ ਤਿੰਨੇ ਚੀਜ਼ਾਂ ਚਟੀਆਂ ਕੱਢ ਦੋ ਤਾਂ ਬੰਦੇ ਦਾ ਕਦੇ ਮਟਾਪਾ ਨਹੀਂ ਵੱਧਦਾ ਹੈ ਪੂਰੇ ਦਿਨ ਚ ਕਹਿੰਦੇ ਹੋ ਵੀ ਬੰਦਾ ਵੀ ਰੋਟੀ ਛੱਡ ਕੇ ਨਹੀਂ ਘਟਦਾ ਪੂਰੇ ਦਿਨ ਦੇ ਵਿੱਚ ਤੁਸੀਂ 4-4 ਘੰਟੇ ਦੇ ਗੈਪ ਨਾਲ ਖਾਣਾ ਖਾਓ ਰੱਜ ਕੇ ਖਾ ਲਓ ਜੇ ਬੇਸ਼ੱਕ ਸਾਡੇ ਲੋਕ ਕੀ ਕਰਦੇ ਆ ਸਵੇਰੇ ਡਿਊਟੀ ਦੇ ਖਾਣਾ ਨਹੀਂ ਖਾ ਕੇ ਜਾਣਾ ਦੁਪਹਿਰੇ ਕੁਝ ਨਹੀਂ ਖਾਣਾ ਰਾਤ ਨੂੰ ਫਿਰ ਦੇਖ ਲਓ ਤੁਸੀਂ ਉਹਨਾਂ ਨੇ ਚਿਕਨ ਵੀ ਖਾਣੇ ਆ ਪਨੀਰ ਵੀ ਖਾਣੇ ਆ ਫਿਰ ਤਾਂ ਸਾਈਡ ਇਫੈਕਟ ਕੋਈ ਨਹੀਂ ਕਿਸੇ ਬੰਦੇ ਦੇ ਇਹ ਸਟਿਚ ਮਾਰਕ ਉਹਦੇ ਕਈ ਵਾਰੀ वजन ਘਟਾਉਣ ਵਾਲੀਆਂ ਦਵਾਈਆਂ ਖਾ ਕੇ ਸਟ੍ਰੈਚ ਮਾਰਕ ਲੈਣਾ ਪੈ ਜਾਂਦੀਆਂ ਕੋਈ ਵੀਕਨੈਸ ਨਹੀਂ ਆਉਂਦੀ ਕੋਈ ਸਟ੍ਰੈਚ ਮਾਰਕ ਨਹੀਂ ਪੈਂਦਾ ਸਭ ਤੋਂ ਵੱਡਾ ਇਹਦਾ ਪਲੱਸ ਪੁਆਇੰਟ ਇਹ ਹੈ ਠੀਕ ਹੈ ਜੀ ਕਾਲੀ ਜਿਰੀ ਦਾ ਅੱਧਾ ਚਮਚ ਲੈਣਾ ਤੁਸੀਂ ਸਵੇਰੇ ਖਾਲੀ ਪੇਟ ਗਰਮ ਪਾਣੀ ਦੇ ਨਾਲ ਐਸਿਡਿਟੀ ਤੇ ਤਜਾਬ ਤੋਂ ਜਿਹੜੇ ਮੋٹے ਬੰਦੇ ਨੇ ਉਹ ਕਿਵੇਂ ਖੜਾ ਛੁੜਾ ਸਕਦੇ ਨੇ ਦੇਖੋ ਜਿਹੜਾ ਆਪਾਂ ਨੇ ਦੱਸਿਆ ਹਰੜ ਤੇ ਬਿਹੜਾ ਇਹ ਐਸਿਡਿਟੀ ਤਜਾਬ ਕੰਟਰੋਲ ਕਰਨ ਵਾਸਤੇ ਸਭ ਤੋਂ ਉੱਤਮ ਔਸ਼ਧੀ ਹੈ ਜਦ ਦੇ ਸਮੇਂ ਦੇ ਵਿੱਚ ਡਾਕਟਰਾਂ ਨੇ ਇੰਨੇ ਬਹਿਮ ਪਾਏ ਹੋਏ ਨੇ ਵੀ ਬੀਪੀ ਵਧਦਾ ਜੀ ਇਹਦੇ ਨਾਲ ਇਹਦੇ ਨਾਲ ਮਟਾਪਾ ਵਧੂਗਾ ਕੋਲੇਸਟ੍ਰੋਲ ਵਧੂਗਾ ਜਿਹੜਾ ਬੰਦਾ ਦੇਸੀ ਕੀ ਪਿਓਰ ਖਾਂਦਾ ਕਦੇ ਵੀ ਉਹਦਾ ਮਟਾਪਾ ਨਹੀਂ ਵੱਧ ਸਕਦਾ ਕਿਉਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜੇਕਰ ਤੁਸੀਂ ਆਪਣੀ ਖੁਰਾਕ ਅੱਦੀ ਤੋਂ ਵੀ ਘਟਾ ਦਿੱਤੀ ਐ ਅਲੱਗ ਤਰ੍ਹਾਂ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਨੇ ਉਹ ਵੀ ਤੁਸੀਂ ਖਾ ਕੇ ਦੇਖ ਲਏ ਨੇ ਪਰ ਫੇਰ ਵੀ ਤੁਹਾਡਾ ਜਿਹੜਾ ਵਜ਼ਨ ਹੈ ਉਹ ਘਟ ਹੋਣ ਦਾ ਨਾ ਨਹੀਂ ਲੈ ਰਿਹਾ ਤਾਂ ਜਿਹੇ ਦੇ ਵਿੱਚ ਬੰਦਾ ਕਰੇ ਤਾਂ ਕੀ ਕਰੇ ਹਰ ਟੋਟਕਾ ਹਰ ਨੁਸਕਾ ਉਹ ਵਜ਼ਨ ਘਟਾਉਣ ਵਾਸਤੇ ਲੰਮਕ ਦੇ ਢਿੱਡ ਨੂੰ ਅੰਦਰ ਕਰਨ ਵਾਸਤੇ ਔਰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਡਕਟਸ ਹੈਗੇ ਨੇ ਇਸ ਵੇਲੇ ਮਾਰਕੀਟ ਦੇ ਵਿੱਚ ਮਿਲ ਰਹੇ ਨੇ ਉਹ ਯੂਜ਼ ਕਰਕੇ ਦੇਖ ਲੈਣੇ ਪਰ ਉਹਨਾਂ ਦਾ ਅਸਰ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਉਹ ਯੂਜ਼ ਕਰਦੇ ਨੇ ਤੇ ਬਹੁਤਿਆਂ ਦਾ ਅਸਰ ਉਦੋਂ ਵੀ ਨਹੀਂ ਹੁੰਦਾ ਅੱਜ ਇਹ ਦੇ ਵਿੱਚ ਜਦੋਂ ਅਸੀਂ ਗੱਲਬਾਤ ਕੀਤੀ ਕਿ ਆਖਿਰ ਜਿਹੜਾ ਵਜ਼ਨ ਹੈਗਾ ਬੰਦੇ ਦਾ ਉਹ ਕਿਉਂ ਵੱਜ ਜਾਂਦਾ ਹੈ ਖਾਸ ਕਰਕੇ ਵਿਆਹ ਤੋਂ ਬਾਅਦ ਕਿਉਂ ਵੱਜ ਜਾਂਦਾ ਹੈ ਤਾਂ ਇਸ ਮਾਮਲੇ ਦੇ ਉੱਤੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਭੰਗੂ ਹੋਰ ਦਾ ਆਪਣਾ ਇੱਕ ਅਲੱਗ ਹੀ ਨਜ਼ਰੀਆ ਹੈ ਅੱਜ ਅਸੀਂ ਪਹੁੰਚੇ ਹਾਂ ऐसे मुद्दे ਨੂੰ ਲੈ ਕੇ ਕਿ ਜਿਹੜਾ ਤੁਹਾਡਾ ਲੰਮਕ ਦਾ ਢਿੱਡ ਹੈਗਾ ਤੁਹਾਡੇ ਮੋਟਾਪਾ ਹੈਗਾ ਉਹ ਉਸ ਨੂੰ ਕਿਵੇਂ ਅਸੀਂ ਘੱਟ ਕਰ ਸਕਦੇ ਹਾਂ ਵਜ਼ਨ ਬਗੈਰ ਆਪਣੀ ਖੁਰਾਕ ਘਟਾਏ ਬਗੈਰ ਆਪਣੇ ਕੰਮ ਤੋਂ ਛੁੱਟੀ ਲੇ ਬਿਨਾ ਕਿਸੇ ਐਕਸਰਸਾਈਜ਼ ਤੋਂ ਬਹੁਤੀ ਜ਼ਿਆਦਾ ਐਕਸਰਸਾਈਜ਼ ਤੋਂ ਅਸੀਂ ਕਿਵੇਂ ਘੱਟ ਕਰ ਸਕਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਡਾਕਟਰ ਸਾਹਿਬ ਮੇਰਾ ਸਭ ਤੋਂ ਪਹਿਲਾ ਸਵਾਲ ਹੀ ਇਹ ਹੈ ਕਿ ਇਸ ਵੇਲੇ ਹਰ ਘਰ ਦੇ ਵਿੱਚ ਕੋਈ ਨਾ ਕੋਈ ਮੋਟਾ ਬੰਦਾ ਜਾਂ ਮੋਟੀ ਜਨਾਨੀ ਹੈ ਜੇ ਮੋਟੀ ਮੋਟਾ ਬੰਦਾ ਜਾਂ ਮੋਟੀ ਜਨਾਨੀ ਨਾ ਹੋਵੇ ਤਾਂ ਮੋਟਾ ਬੱਚਾ ਹੈ ਜੀ ਇਹਦਾ ਕੀ ਕਾਰਨ ਹੈ ਮੋਟਾਪਾ ਇੰਨੀ ਕੌੜੀ ਵੇਲ ਵਾਂਗ ਕਿਉਂ ਸਾਡੇ ਸਮਾਜ ਦੇ ਵਿੱਚ ਵੱਧ ਰਿਹਾ ਦੇਖੋ ਜੀ ਅੱਜ ਕੱਲ ਲੋਕ ਖਾ ਕੀ ਰਹੇ ਆ ਨਿਰਾ ਮੈਦਾ ਖਾ ਰਹੇ ਨੇ ਹਨਾ ਮੈਦਾ ਜਿਵੇਂ ਮੈਦਾ ਫੁੱਲਦਾ ਹੈ ਉਵੇਂ ਅੱਜ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇਨਸਾਨ ਫੁੱਲਦਾ ਜਾਂਦਾ ਹੈ ਹਰ ਬੰਦਾ ਜਾਂ ਕੋਈ ਆਪ ਆਟਾ ਪਸਾਉਣ ਵਾਲਾ ਵੀ ਹੈ ਜਾਂ ਬਾਜ਼ਾਰੋਂ ਲੈ ਕੇ ਆਉਣ ਵਾਲਾ ਵੀ ਆ ਬੰਦਾ ਇਹੀ ਸਵਾਲ ਕਰਦਾ ਉੱਥੇ ਜਾ ਕੇ ਵੀ ਸਾਨੂੰ ਆਟਾ ਬਰੀਕ ਪੀਸ ਕੇ ਦਿਓ ਰੋਟੀ ਫੁੱਲਮੀ ਆਵੇ ਉਹ ਜਿਵੇਂ ਰੋਟੀ ਫੁੱਲਮੀ ਆਉਂਦੀ ਹੈ ਉਵੇਂ ਹੀ ਲੋਕਾਂ ਦੇ ਪੇਟ ਫੁੱਲੀ ਜਾਂਦੇ ਨੇ ਠੀਕ ਹੈ ਜੀ ਜਿਹਾ ਜ ਤੁਸੀਂ ਮੈਦਾ ਖਾਓਗੇ ਮਿੱਠਾ ਜ਼ਿਆਦਾ ਖਾਓਗੇ ਨਜਾਇਜ਼ ਹੁਣ ਤੁਸੀਂ ਦੇਖੋ ਉਹਦੇ ਨਾਲ ਉਨਾ ਹੀ ਤੁਹਾਡਾ ਪੇਟ ਫੁੱਲਾ ਜਾਣਾ ਹੈ ਤੁਹਾਡੇ ਜਿਹੜਾ ਲੀਵਰ ਹੈ ਲੀਵਰ ਕਿੰਨਾ ਕੁ ਤੁਹਾਡਾ ਹਾਜਮ ਕਰੂਗਾ ਕਿੰਨਾ ਕੁ ਪਚਾਊਗਾ ਉਹਨੇ ਫਿਰ ਤੁਹਾਡਾ ਅੰਦਰ ਅੰਤੜੀ ਦੇ ਵਿੱਚ ਜਮ੍ਹਾਂ ਕਰਨ ਲਾ ਦਿੰਦਾ ਤੁਹਾਡੇ ਮਲ ਨੂੰ ਉਹ ਜਦੋਂ ਜਮ੍ਹਾਂ ਕਰੀ ਜਾਊਗਾ ਤੁਹਾਡੇ ਅੰਤੜੀ ਫੁੱਲ ਜਾਂਦੇ ਕਈ ਵਾਰੀ ਤੁਸੀਂ ਦੇਖਿਆ ਵੀ ਬੰਦੇ ਦਾ ਸਾਰਾ ਸਰੀਰ ਸੁੱਕਿਆ ਹੋਇਆ ਹੁੰਦਾ ਕੱਲਾ ਪੇਟ ਹੀ ਬਾਹਰ ਨੂੰ ਆਈ ਜਾਂਦਾ ਉਹ ਪੇਟ ਬਾਹਰ ਆਉਣ ਦਾ ਇਹੀ ਕਾਰਨ ਹੈ ਵੀ ਤੁਹਾਡਾ ਹਾਜਮਾ ਜਿਆਦਾ ਜਿਹੜਾ ਖਰਾਬ ਹੋ ਚੁੱਕਿਆ ਹੈ ਖਰਾਬ ਹੋਣ ਦੇ ਨਾਲ ਤੁਹਾਡਾ ਜਿਹੜਾ ਮਲ ਹੈ ਉਹ ਅੰਤੜੀ ਦੇ ਵਿੱਚ ਜਮ੍ਹਾਂ ਹੋਈ ਜਾਂਦਾ ਉਸ ਕਰਕੇ ਜਿਹੜਾ ਤੁਹਾਡੀ ਆਂਤੜੀ ਦੇ ਵਿੱਚ ਹੈਗੀ ਇਹ ਫਲਾਵਟਾਈ ਜਾਂਦੀ ਆ ਪੇਟ ਤੁਹਾਡਾ ਬਾਹਰ ਨੂੰ ਆਉਂਦਾ ਜੀ ਅੱਛਾ ਬਹੁਤ ਸਾਰੇ ਇਹ ਵੀ ਹੁੰਦੇ ਜੀ ਜਿਹੜੇ ਲੋਕ ਹੈਗੇ ਨੇ ਜਦੋਂ ਮੈਨੂੰ ਫੋਨ ਕਰਦੇ ਨੇ ਈਮੇਲਸ ਕਰਦੇ ਨੇ ਉਹ ਕਹਿੰਦੇ ਨੇ ਜੀ ਅਸੀਂ ਰੋਟੀ ਘਟਾਤੀ ਬਿਲਕੁਲ ਪਰ ਸਾਡਾ ਵਜ਼ਨ ਘਟਦਾ ਨਹੀਂ ਵਜ਼ਨ ਸਾਡਾ ਉਹ ਨਹੀਂ ਹੈ ਰੋਟੀ ਛੱਡ ਕੇ ਵਜ਼ਨ ਘਟਾਇਆ ਜਾ ਸਕਦਾ ਜਾਂ ਇੱਕ ਮਿੱਥੀ ਹੈ ਜੀ ਰੋਟੀ ਛੱਡ ਕੇ ਕਦੇ ਵੀ ਵਜ਼ਨ ਨਹੀਂ ਘਟਾਇਆ ਜਾ ਸਕਦਾ ਕਿਉਂਕਿ ਹੁਣ ਤੁਸੀਂ ਮੰਨ ਲਓ ਕਣਕ ਦੀ ਰੋਟੀ ਖਾਂਦੇ ਆ ਠੀਕ ਹੈ ਜੀ ਕਣਕ ਦੀ ਰੋਟੀ ਦੇ ਵਿੱਚ ਇੰਨੀ ਫੈਟ ਨਹੀਂ ਹੈਗੀ ਜ਼ਿਆਦਾ ਜਦੋਂ ਤੁਸੀਂ ਪੇਟ ਨੂੰ ਭੁੱਖਾ ਰੱਖਦੇ ਹੋ ਉਹਦੇ ਨਾਲ ਤੁਹਾਡੇ ਲੀਵਰ 'ਚ ਗਰਮੀ ਪੈਣੀ ਹੈ ਲੀਵਰ 'ਚ ਤੁਹਾਡੇ ਗਰਮੀ ਪਊਗੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਮੀਲ ਲਓਗੇ ਕਿਸੇ ਵੀ ਤਰ੍ਹਾਂ ਦਾ ਖਾਣਾ ਖਾਓਗੇ ਚਾਹੇ ਤੁਸੀਂ ਫੈਟ ਫ੍ਰੀ ਖਾਣਾ ਖਾਓਗੇ ਉਹ ਤੁਹਾਡੇ ਲੀਵਰ ਨੇ ਹਾজম ਕਰਨਾ ਬੰਦ ਕਰ ਦੇਣਾ ਹਾজম ਕਰਨਾ ਬੰਦ ਕਰ ਦਿੱਤਾ ਉਹ ਤੁਹਾਡਾ ਖਾਣਾ ਫੈਟ ਦੇ ਵਿੱਚ ਬਦਲਣਾ ਇੰਨੀ ਕਿ ਖੇਡ ਹੈ ਨਹੀਂ ਬਹੁਤ ਸਾਡੇ ਕੋਲ ਮਰੀਜ਼ ਆਉਂਦੇ ਨੇ ਅਸੀਂ ਤਾਂ ਜੀ ਖਾਂਦੇ ਵੀ ਕੁਝ ਨਹੀਂ ਅਸੀਂ ਤਾਂ ਸਵੇਰੇ ਖਾਣਾ ਖਾ ਕੇ ਸ਼ਾਮ ਨੂੰ ਖਾਂਦੇ ਆਂ ਇਹੀ ਸਭ ਤੋਂ ਵੱਡਾ ਨੁਕਸਾਨ ਆ ਵੀ ਜਿਹੜਾ ਅਸੀਂ ਖਾਣੇ 'ਚ ਗੈਪ ਪਾਉਂਨੇ ਆ ਉਹਨਾਂ ਹੀ ਸਾਡੇ ਲੀਵਰ 'ਚ ਗਰਮੀ ਭਰੀ ਜਾਂਦੀ ਹੈ ਉਹਦੀ ਡਾਈਜੈਸ਼ਨ ਪਾਵਰ ਆ ਜਿਹੜੀ ਉਹ ਡੈੱਡ ਹੁੰਦੀ ਜਾਂਦੀ ਹੈ ਇਸ ਕਰਕੇ ਮੋਟਾਪਾ ਵਧਣ ਦਾ ਜਿਹੜਾ ਇਹ ਵੀ ਬਹੁਤ ਵੱਡਾ ਕਾਰਨ ਹੈ ਬਹੁਤ ਵਾਰ ਇਹ ਵੀ ਦੇਖਿਆ ਗਿਆ ਜੀ ਡਾਕਟਰ ਸਾਹਿਬ ਕਿ ਵਿਆਹ ਤੋਂ ਪਹਿਲਾਂ ਮੁੰਡਾ ਠੀਕ ਠਾਕ ਸੀ ਕੁੜੀ ਵੀ ਠੀਕ ਠਾਕ ਸੀ ਵਿਆਹ ਹੋਇਆ ਤੇ 2-4 ਮਹੀਨੇ ਬਾਅਦ ਜਿਹੜਾ ਮੁੰਡਾ ਕੁੜੀ ਨਾਲ ਗਲਗਲਿਆਂ ਵਰਗੇ ਹੋ ਜਾਂਦੇ ਨੇ ਜੀ ਉਹਦੇ ਵਿੱਚ ਦੇਖੋ ਕਾਮ ਤੇਜ ਨਾਲ ਜ਼ਿਆਦਾ ਜਿਹੜੀ ਵਾਧì ਹੈ ਉਹਦੇ ਕਰਕੇ ਵੀ ਤੁਸੀਂ ਦੇਖੋ ਵੀ ਇੱਕ ਤਰ੍ਹਾਂ ਦੀ ਭੁੱਖ ਵੀ ਵਾਧੀ ਆ ਉਸ ਕਾਰਨ ਨਾਲ ਭੁੱਖ ਵੀ ਵਾਧੀ ਆ ਤਾਂ ਉਸੇ ਤਰ੍ਹਾਂ ਦੀ ਫਿਰ ਖਰਾਕ ਵੱਧਦੀ ਐ ਖਰਾਕ ਵੱਧਦੀ ਐ ਤਾਂ ਉਹਦੇ ਉਹਨਾਂ ਫਿਰ ਤੁਹਾਨੂੰ ਪਤਾ ਵੀ ਸਰੀਰ ਵੀ ਫੁੱਲੂਗਾ ਕਿਉਂਕਿ ਬਾਕੀ ਦੂਜਾ ਕਰਨੇ ਇਹ ਵੀ ਆ ਵਿਆਹ ਤੋਂ ਬਾਅਦ ਰੋਟੀਆਂ ਬਹੁਤ ਚੱਲ ਪੈਂਦੀਆਂ ਨੇ ਮਠਿਆਈਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਹਨਾ ਹਰ ਬੰਦਾ ਤੁਸੀਂ ਦੇਖ ਲਓ ਵੀ ਸ਼ਾਮ ਨੂੰ ਬਾਜ਼ਾਰ ਦੇ ਵਿੱਚ ਖੜਾ ਹੁੰਦਾ ਵਿਆਹ ਤੋਂ ਬਾਅਦ ਹੈਨਾ ਉਹ ਜਿੱਦਾਂ ਦਾ ਤੁਸੀਂ ਖਾਣਾ ਖਾਓਗੇ ਫਿਰ ਉਦਾਂ ਦੇ ਤੁਹਾਡੇ ਸਰੀਰ ਨੇ ਬਣਦਾ ਜਾਣਾ ਜੀ ਜੀ ਅੱਛਾ ਤੇ ਮੋٹے ਬੰਦੇ ਦੀ ਸਭ ਤੋਂ ਵੱਡੀ ਪ੍ਰੋਬਲਮ ਹੋ ਜਾਂਦੀ ਐ ਜੀ ਕਈ ਵਾਰ ਜਦੋਂ ਹੁੰਦਾ ਤਾਂ ਮੋਟਾ ਉਹ ਪਰ ਸ਼ੂਗਰ ਵੀ ਫੜ ਲੈਂਦੀ ਆ ਉਹਨੂੰ ਬੀਪੀ ਵੀ ਫੜ ਲੈਂਦੀ ਆ ਫੜਦਾ ਜੀ ਦੇਖੋ ਸ਼ੂਗਰ ਸ਼ੂਗਰ ਦੇ ਨਾਲ ਬੀਪੀ ਆਉਣਾ ਹੀ ਆਉਣਾ ਹੁਣ ਤੁਸੀਂ ਦੇਖੋ ਵੀ ਮੋਟਾ ਬੰਦਾ ਹੋ ਗਿਆ ਮੋٹے ਬੰਦੇ ਦਾ ਕੀ ਕਰਨਾ ਜੀ ਬੀਪੀ ਸ਼ੂਗਰ ਤਾਂ ਚਲੋ ਬਾਅਦ ਦੀਆਂ ਗੱਲਾਂ ਸਭ ਤੋਂ ਪਹਿਲਾਂ ਉਹਦੇ ਗੋਡੇ ਖਰਾਬ ਹੋਣੇ ਆ ਕਿਉਂਕਿ ਇੰਨਾ ਵਜ਼ਨ ਚੱਕ ਕੇ ਤੁਹਾਡੇ ਕੱਲੇ ਗੋਡਿਆਂ ਨੇ ਘੁੰਮਣਾ ਉਹ ਵਿਚਾਰੇ ਕਸਣਾ ਹੀ ਆ ਉਹਨਾਂ ਦਾ ਗਰੀਸ ਉਹਨਾਂ ਦਾ ਕਸਣਾ ਹੀ ਆ ਉਹਨਾਂ ਦਾ ਗਰੀਸ ਕਿੰਨਾ ਕੁ ਕੰਮ ਦੋਈ ਜਾਊਗਾ ਜਿਹੜੇ ਬੰਦੇ ਨੂੰ ਖੜ ਕੇ ਆਪਣੇ ਪੈਰ ਨਹੀਂ ਦਿਖਦੇ ਤਾਂ ਸਮਝੋ ਉਹ ਬਿਮਾਰ ਬੰਦਿਆਂ ਦੇ ਅੱਜਕੱਲ ਤੁਸੀਂ ਇਹ ਦੇਖੋ ਤੁਸੀਂ ਦੇਖਿਆ ਵੀ ਬੰਦਿਆਂ ਦੇ ਪੇਟ ਐਦਾਂ ਦੇ ਨੇ ਜਿਵੇਂ ਮੁਰੇ ਤਸਲਾ ਟੰਗਿਆ ਹੋਇਆ ਹੁੰਦਾ ਐ ਇਦਾਂ ਦੇ ਟੰਗੇ ਹੋਏ ਨੇ ਤੁਸੀਂ ਖੜ ਕੇ ਪੈਰ ਨਹੀਂ ਦਿਖਦੇ ਬੰਦੇ ਨੂੰ ਤਾਂ ਉਹ ਬੰਦਾ ਬਿਮਾਰ ਹੀ ਬਿਮਾਰ ਉਹਨੂੰ ਆਉਣ ਵਾਲੇ ਸਮੇਂ 'ਚ ਬਿਮਾਰੀਆਂ ਨੇ ਦੱਬਣਾ ਹੀ ਦੱਬਣਾ ਠੀਕ ਹੈ ਜੀ ਤੁਸੀਂ ਦੇਖੋ ਜਿਹੜਾ ਬੰਦੇ ਕੋਲ ਫਿਟਨੈਸ ਹੈ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਇਹ ਕਰ ਲੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਪੈਸੇ ਨੂੰ ਨਹੀਂ ਆਪਣੇ ਸਰੀਰ ਦੀ ਤੰਦਰੁਸਤੀ ਨੂੰ ਦਰਸਣਗੇ ਉਹਨੂੰ ਕਹਿਣਗੇ ਵੀ ਹਾਂ ਵੀ ਜੇ ਸ਼ਾਇਦ ਉਹ ਬਾਜ਼ਾਰ ਦੇ ਵਿੱਚੋਂ ਖਰੀਦੀ ਜਾ ਸਕੇ ਮਿਲ ਸਕੇ ਤਾਂ ਅਸੀਂ ਖਰੀਦ ਲਈਏ ਪਰ ਨਹੀਂ ਕਿਉਂਕਿ ਤੰਦਰੁਸਤੀ ਤੁਹਾਡੀ ਵਰਜਿਸ ਨੇ ਤੁਹਾਡੀ ਖਰਾਕ ਨੇ ਤੁਹਾਡੇ ਜਿਹੜਾ ਮਨ ਦਾ ਸੰਤੁਲਨ ਹੈ ਉਹਨੇ ਦੇਣੀ ਆ ਨਾ ਕਿ ਤੁਹਾਡੀ ਅਮੀਰੀ ਨੇ ਕਦੇ ਵੀ ਜਿਹੜੀ ਹੈਗੀ ਤੰਦਰੁਸਤੀ ਪੈਦਾ ਨਹੀਂ ਕਰਨੀ ਜੀ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਇੱਕ ਦੋ ਮੈਨੂੰ ਫੋਨ ਆਏ ਨੇ ਕਿ ਜੀ ਅਸੀਂ ਮੋਟੇ ਹੋਣ ਵਾਸਤੇ ਦਵਾਈ ਖਾਦੀ ਸੀ ਤੇ ਸਾਡੇ ਗੁਰਦੇ ਡੈੱਡ ਹੋ ਗਏ ਜੀ ਇਹ ਕੀ ਹੋ ਜਾਂਦਾ ਜੀ ਦੇਖੋ ਜੀ ਅੱਜ ਕੱਲ ਤੁਸੀਂ ਇਹ ਕਹਿ ਲਓ ਵੀ ਐਦਾਂ ਤਾਂ ਦੌਰ ਚੱਲਿਆ ਹੋਇਆ ਹੈ ਅਨਪੜਤਾ ਕਹਿ ਲਓ ਜਾਂ ਲੋਕਾਂ ਦੀ ਸੋਚ ਕਹਿ ਲਓ ਜਾਂ ਕੈਲੋਰੀ ਅਨਪੜ ਬਹੁਤ ਤਰ੍ਹਾਂ ਦੇ ਵੈਦ ਜਾਂ ਡਾਕਟਰ ਆਪਾਂ ਕਿਸੇ ਨੂੰ ਚਲੋ ਕਿ ਨਹੀਂ ਕਹਿੰਦੇ ਮੋٹے ਹੋਣ ਦੇ ਚੱਕਰ ਦੇ ਵਿੱਚ ਬਹੁਤ ਜ਼ਿਆਦਾ ਪਾਊਡਰ ਫਾਰਮ ਦੇ ਵਿੱਚ ਜਾਂ ਕੁਝ ਇਦਾਂ ਦੇ ਸਟੀਰੋਇਡ ਮਿਕਸ ਹੋ ਤੁਹਾਨੂੰ ਦਵਾਈਆਂ ਦੇ ਦਿੰਦੇ ਨੇ ਜਿਹੜੇ ਤੁਹਾਡੇ 15 ਦਿਨ ਦੇ ਵਿੱਚ ਗੱਲਾਂ ਬਾਹਰ ਕੱਢ ਦੇਣਗੇ ਪਰ ਉਹ ਫਿਰ ਨਾਲ ਤੁਹਾਡੇ ਗੁਰਦੇ ਵੀ ਫੇਲ ਕਰਨਗੇ ਹਨ ਤੁਸੀਂ ਇਹ ਗੱਲ ਵੀ ਉਹ ਥੈਲੀਆਂ ਦੇ ਵਿੱਚੋਂ 5-5 ਰੁਪਏ ਦੀਆਂ ਥੈਲੀਆਂ ਆਉਂਦੀਆਂ ਨੇ ਜਿਨ੍ਹਾਂ ਵਿੱਚ 100-100 ਗੋਲੀ ਹੁੰਦੀ ਹੈ ਉਹ ਕੁੱਟ-ਕੁੱਟ ਕੇ ਪੀਸ-ਪੀਸ ਕੇ ਲੋਕਾਂ ਨੂੰ ਦੇਈ ਜਾਂਦੇ ਨੇ ਮਟਾਪਾ ਘਟਾਉਣ ਵਾਸਤੇ ਵੀ ਵਧਾਉਣ ਵਾਸਤੇ ਵੀ ਮਟਾਪਾ ਘਟਾਉਣ ਦੀ ਵੀ ਗੱਲ ਕਰ ਲਈ ਜੀ ਬ ਤਪਾ ਘਟਾਉਂਦਾ ਘਟਾਉਂਦਾ ਬੰਦਾ ਆਪਣੇ ਗੁਰਦੇ ਆਪਣਾ ਹਾਰਟ ਆਪਣਾ ਲੀਵਰ ਉਹ ਵੀ ਖਰਾਬ ਕਰ ਲੈਂਦਾ ਜੀ ਸਰ ਸਾਡੇ ਕੋਲ ਵੀ ਲੋਕ ਇਦਾਂ ਦੇ ਆਉਂਦੇ ਨੇ ਜੇ ਅਸੀਂ ਕਿਸੇ ਨੂੰ ਅੱਜ ਦੇ ਸਮੇਂ ਦੇ ਵਿੱਚ ਸਹੀ ਰਹਿ ਦੰਨੇ ਆ ਨਾ ਵੀ ਤੁਸੀਂ ਐਨੇ ਕਰ ਲੋ ਆ ਚੀਜ਼ ਖਾ ਲੋ ਤੁਹਾਡਾ ਮਟਾਪਾ ਘਟ ਜੂਗਾ ਦੁਨੀਆ ਉਪਰ ਹਰ ਕੰਮ ਔਖਾ ਹੈ ਮੈਂ ਕਹਿੰਦਾ ਵੀ ਮਟਾਪਾ ਘਟਾਉਣਾ ਦੁਨੀਆ ਉਪਰ ਸਭ ਤੋਂ ਸੌਖਾ ਹੈ ਵਜ਼ਨ ਵਧਾਉਣਾ ਔਖਾ ਹੈ ਪਰ ਘਟਾਉਣਾ ਬਹੁਤ ਸੌਖਾ ਹੈ ਉਹਦੇ ਵੀ ਤਰੀਕੇ ਨੇ ਤੁਸੀਂ ਦੇਖੋ ਵੀ ਕਿਸੇ ਨੂੰ ਬੰਦੇ ਨੂੰ رائے ਦੇ ਦੀਏ ਵਧੀਆ ਵੀ ਹਾਂ ਇਦਾਂ ਕਰ ਲੋ ਉਹ ਚੀਜ਼ ਨੂੰ ਨਹੀਂ ਮੰਨਦੇ ਉਹ ਕਹਿੰਦੇ ਆ ਵੀ ਸਾਨੂੰ ਬੈੱਡ ਤੇ ਤੇਆਂ ਦੀ ਸਾਡੇ ਚਰਬੀ ਘਟ ਜਵੇ ਚਾਹੇ ਸਾਡੇ ਸਰੀਰ ਨੂੰ ਬਾਅਦ ਵਿੱਚ ਨੁਕਸਾਨ ਹੋ ਜਵੇ ਇਦਾਂ ਦੇ ਵੀ ਲੋਕੋ ਸੋਚ ਰੱਖਦੇ ਆ ਹੁਣ ਤੁਸੀਂ ਦੇਖੋ 8 8 10 10 ਹਜ਼ਾਰ ਦੇ ਬਾਜ਼ਾਰ ਤੋਂ ਲੈ ਕੇ ਪ੍ਰੋਡਕਟ ਖਾਂਦੇ ਨੇ ਪਰ ਵਿੱਚ ਉਹਨਾਂ ਦੇ ਕੀ ਆ ਸਿਰਫ 5 10 ਰੁਪਏ ਦੀ ਖੇਡ ਹੁੰਦੀ ਆ ਉਹ ਪਰ ਕੀ ਆ ਲੋਕ ਸਮਝਦੇ ਨਹੀਂ ਉਸ ਸੀਜਨ ਨੂੰ ਵੀ ਹਾਂ ਵੀ ਕੱਲੋਂ ਜਾ ਕੇ ਸਾਡੇ ਗੁਰਦਿਆਂ ਪਰ ਮਾੜੇ ਇਹ ਮਾੜੇ ਸਟੀਰੋਇਡ ਗੁਰਦਿਆਂ ਪਰ ਅਸਰ ਕਰਨਗੇ ਜਾਂ ਸਾਡਾ ਹਾਰਟ ਫੇਲ ਕਰ ਦੇਣਗੇ ਕਰਦੇ ਵੀ ਬਹੁਤ ਆ ਜਾਂ ਤੁਸੀਂ ਦੇਖਿਆ ਵੀ ਅੱਜ ਕੱਲ੍ਹ ਲੋਕਾਂ ਨੂੰ ਮੁੰਡਿਆਂ ਨੂੰ ਬਾਡੀ ਬ੍ਰਾਉਨ ਬਣਾਉਣ ਦਾ ਬਹੁਤ ਕਰੇਜ਼ ਆ ਉਹ ਵੀ ਪ੍ਰੋਟੀਨ ਦੇ ਪਾਊਡਰ ਸਾਰਿਆਂ ਦੇ ਵਿੱਚ ਕੀ ਹੈ ਸਟੀਰੋਇਡ ਹੈ ਉਹ ਚੀਜ਼ਾਂ ਖਾ ਖਾ ਕੇ ਆਪਣੇ ਸਰੀਰ ਨੂੰ ਜਿਹੜੇ ਦਿਨ ਪਰ ਦਿਨ ਉਹ ਨਕਾਰਾ ਬਣਾ ਰਹੇ ਆ ਨਾ ਕਿ ਸ਼ੁੱਧ ਚੀਜ਼ਾਂ ਵੱਲ ਤਾਂ ਅੱਜਕੱਲ ਕੋਈ ਜਾਣਾ ਹੀ ਨਹੀਂ ਚਾਹੁੰਦਾ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਇਸ ਇੱਕ ਨਾ ਕਹਾਵਤ ਹੈ ਪੰਜਾਬੀ ਦੇ ਵਿੱਚ ਕਹਿੰਦੇ ਨੇ ਵੀ ਨੋਟ ਤੜਾ ਕੇ ਨਹੀਂ ਮੁੜਦਾ ਜੀ ਤੇ 벨ਟ ਤੋਂ ਬਾਹਰ ਆਇਆ ਢਿੱਡ ਉਹ ਵਾਪਸ ਨਹੀਂ ਮੁੜਦਾ ਜੀ ਠੀਕ ਹੈ ਇਹ ਮੁੜ ਸਕਦਾ ਹੈ ਨਹੀਂ ਮੁੜਦਾ ਦੇਖੋ ਬੈਲਟ ਤੋਂ ਬਾਹਰ ਆਇਆ ਢਿੱਡ ਬਿਲਕੁਲ ਮੁੜ ਸਕਦਾ ਤੁਸੀਂ ਆਪਣੀ ਰਸੋਈ ਚੋਂ ਚੀਨੀ ਕੱਢ ਲਓ ਤੁਸੀਂ ਆਪਣੀ ਰਸੋਈ ਚੋਂ ਮੈਦਾ ਕੱਢ ਦੋ ਤੁਸੀਂ ਆਪਣੀ ਰਸੋਈ ਚੋਂ ਚਟਾ ਖੂਨ ਨੂਨ ਕੱਢ ਦੋ ਤਿੰਨੇ ਚੀਜ਼ਾਂ ਚਟੀਆਂ ਕੱਢ ਦੋ ਤਾਂ ਬੰਦੇ ਦਾ ਕਦੇ ਮਟਾਪਾ ਨਹੀਂ ਵਧਦਾ ਹੈਗਾ ਇਹ ਇਹ 100% ਗਾਰੰਟੀ ਵਾਲੀ ਗੱਲ ਹੈ ਜਿਹੜਾ ਬੰਦਾ ਮੈਦਾ ਖਾਂਦਾ ਨਮਕ ਖਾਂਦਾ আর ਮਿੱਠਾ ਖਾਂਦਾ ਉਹਦਾ ਮਟਾਪਾ ਕਦੇ ਘਟ ਨਹੀਂ ਸਕਦਾ ਹੈਗਾ ਚਾਹੇ ਤੁਸੀਂ ਵਰਜ ਸ਼ਵੇਸ਼ਕ ਨਾ ਕਰੋ ਪਰ ਮਟਾਪਾ ਨਹੀਂ ਵਧੂਗਾ ਬੰਦੇ ਦਾ ਕਦੇ ਵੀ ਤੁਸੀਂ ਪੂਰੇ ਦਿਨ ਚ ਕਹਿੰਦੇ ਹੋ ਵੀ ਬੰਦਾ ਰੋਟੀ ਛੱਡ ਕੇ ਨਹੀਂ ਘਟਦਾ ਪੂਰੇ ਦਿਨ ਦੇ ਵਿੱਚ ਤੁਸੀਂ 4-4 ਘੰਟੇ ਦੇ ਗੈਪ ਨਾਲ ਖਾਣਾ ਖਾਓ ਰੱਜ ਕੇ ਖਾ ਲੋ ਚਾਹੇ ਬੇਸ਼ੱਕ ਸਾਡੇ ਲੋਕ ਕੀ ਕਰਦੇ ਆ ਸਵੇਰੇ ਡਿਊਟੀ ਦੇ ਖਾਣਾ ਨਹੀਂ ਖਾ ਕੇ ਜਾਣਾ ਦੁਪਹਿਰੇ ਕੁਝ ਨਹੀਂ ਖਾਣਾ ਰਾਤ ਨੂੰ ਫਿਰ ਦੇਖ ਲਓ ਤੁਸੀਂ ਉਹਨਾਂ ਨੇ ਚਿਕਨ ਵੀ ਖਾਣਿਆ ਪਨੀਰ ਵੀ ਖਾਣਿਆ ਮਸਾਲੇਦਾਰ ਖਾਣੇ ਖਾਣਿਆ ਉਹ ਸਾਰੀ ਰਾਤ ਲਾ ਕੇ ਏਸੀ ਫਿਰ ਸੌਂ ਜਾਣਾ ਉਹ ਸਾਰੀ ਰਾਤ ਅੰਦਰੇ ਜੰਮਣਾ ਫਿਰ ਮਟਾਪੇ ਆਉਣਗੇ ਹੀ ਆਉਣਗੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਉਸ ਚੀਜ਼ਾਂ ਨੂੰ ਜੀ ਅੱਛਾ ਬਹੁਤ ਵਾਰ ਹੁੰਦਾ ਜੀ ਡਾਕਟਰ ਸਾਹਿਬ ਵੀਡੀਓ ਬਹੁਤੀ ਲੰਬੀ ਨਹੀਂ ਅਸੀਂ ਕਰਨਾ ਚਾਹੁੰਦੇ ਪਰ ਸਵਾਲ ਕਾਫੀ ਨੇ ਜਿਹੜੇ ਲੋਕਾਂ ਦੇ ਆਏ ਨੇ ਮੋਟਾਪੇ ਨੂੰ ਲੈ ਕੇ ਬਹੁਤ ਵਾਰ ਹੁੰਦਾ ਹੈ ਕਿ ਪਰਹੇਜ਼ ਵੀ ਬਹੁਤ ਜ਼ਿਆਦਾ ਕਰਦੇ ਨੇ ਲੋਕ ਕਹਿੰਦੇ ਜੀ ਅਸੀਂ ਹਰ ਚੀਜ਼ ਅਜ਼ਮਾ ਕੇ ਵੇਖ ਲਈ ਪਰ ਸਾਡਾ ਵਜ਼ਨ ਘਟਦਾ ਹੀ ਨਹੀਂ ਸਰ ਉੱਥੇ ਹੀ ਆਪਾਂ ਉਹੀ ਗੱਲ ਕਰੀ ਹੈ ਨਾ ਲੋਕਾਂ ਨੂੰ ਇਹ ਹੀ ਨਹੀਂ ਨਾ ਪਤਾ ਲੱਗਦਾ ਹੁਣ ਮੰਨ ਲਓ ਆਪਾਂ ਨੇ ਚੀਨੀ ਛੱਡਣ ਨੂੰ ਕਹਤਾ ਹੁਣ ਜੇ ਤੁਸੀਂ ਗੁੜ ਖਾ ਲਓ ਜੇ ਸ਼ੱਕਰ ਖਾ ਲਓ ਉਹ ਮੰਨ ਲਓ ਵੀ ਸਿਹਤ ਨੂੰ ਨੁਕਸਾਨ ਨਹੀਂ ਕਰਦੀਆਂ ਪਰ ਮਟਾਪਾ ਤਾਂ ਤੁਹਾਡਾ ਵਧਾਉਂਦੀਆਂ ਨੇ ਕਿਉਂਕਿ ਹਾਈ ਕੈਲਰੀ ਫੂਡ ਆ ਉਹ ਉਹਨਾਂ ਵਿੱਚ ਕੈਲਰੀ ਬਹੁਤ ਜ਼ਿਆਦਾ ਕਾਰਬ ਬਹੁਤ ਜ਼ਿਆਦਾ ਨੇ ਜਿੰਨਾ ਤੁਸੀਂ ਹਾਈ ਕੈਲਰੀ ਫੂਡ ਖਾਓਗੇ ਉਹਨੇ ਮਟਾਪਾ ਤੁਹਾਡਾ ਵਧਾਉਣਾ ਹੀ ਵਧਾਉਣਾ ਹੁਣ ਬੰਦਾ ਇਧਰੋਂ ਚੀਨੀ ਛੱਡ ਕੇ ਉਧਰ ਗੁੜ ਸ਼ੱਕਰ ਉੱਪਰ ਗੇੜੇ ਦੇ ਦੇਵੇ ਮਟਾਪਾ ਫਿਰ ਨਹੀਂ ਘਟੂਗਾ ਉਧਰੋਂ ਬੰਦਾ ਵਰਜਿਸ਼ ਨਾ ਕਰੇ ਮਟਾਪਾ ਫਿਰ ਵੀ ਨਹੀਂ ਘਟੂਗਾ ਹੁਣ ਬੰਦਾ ਸਾਰਾ ਦਿਨ ਬੈਠਦਾ ਪਸੀਨਾ ਸਰੀਰ ਚੋਂ ਕੱਢਣਾ ਨਹੀਂ ਮਟਾਪਾ ਕਿਵੇਂ ਘਟੂਗਾ ਨਹੀਂ ਘਟਦਾ ਹੈਗਾ ਸਰੀਰ ਨੂੰ ਹਿਲਾਉਣਾ ਪੈਣਾ ਜਦ ਤੱਕ ਉਹਨੂੰ ਫਿੱਟ ਕਰਨਾ ਜੇ ਤੁਸੀਂ ਉਹਨੂੰ ਜੀ ਅੱਛਾ ਤੇ ਫਿਰ ਤੁਹਾਡੇ ਤੁਸੀਂ ਕਹਿ ਰਹੇ ਸੀ ਕਿ ਮੋਟਾਪਾ ਕੋਈ ਬਹੁਤੀ ਵੱਡੀ ਸਮੱਸਿਆ ਬਹੁਤੀ ਵੱਡੀ ਗੱਲ ਨਹੀਂ ਹੈ ਮੋਟਾਪੇ ਨੂੰ ਬੜੇ ਆਰਾਮ ਨਾਲ 7 ਦਿਨਾਂ ਤੋਂ ਸ਼ੁਰੂ ਹੋ ਕੇ 2-2.5 ਮਹੀਨਿਆਂ ਦੇ ਵਿੱਚ ਅਸੀਂ ਆਪਣਾ ਵਜ਼ਨ ਹੈਗਾ ਜਿਹੜਾ ਉਹ ਘਟਾ ਸਕਦੇ ਉਹ ਕਿਵੇਂ ਤੁਹਾਡੇ ਕੋਲ ਕਿਹੜਾ ਇਸ ਤਰ੍ਹਾਂ ਦਾ ਨੁਸਖਾ ਕਿਹੜੀ ਗਿੱਦੜ ਸਿੰਘੀ ਹੈ ਜੀ ਤੁਹਾਡੇ ਕੋਲ ਦੱਸ ਦਿਆਂ ਤੁਹਾਨੂੰ ਨੁਸਖਾ ਘਰੇ ਬੈ ਕੇ ਤੁਸੀਂ ਇਹਨਾਂ ਚੀਜ਼ਾਂ ਨਾਲ ਹੱਲ ਕਰ ਸਕਦੇ ਹੋ ਬਹੁਤ ਸੌਖੇ ਤਰੀਕੇ ਆ ਪਰ ਅੱਜ ਕੱਲ ਇਹਨਾਂ ਚੀਜ਼ਾਂ ਨੂੰ ਲੋਕ ਜਾਂ ਤਾਂ ਪੁਰਾਣੀਆਂ ਚੀਜ਼ਾਂ ਮੰਨਣ ਲੱਗੇ ਜਾਂ ਇਹਨਾਂ ਕਹਿ ਲੋ ਵੀ ਕੌੜਾ ਬਨ ਕਰਕੇ ਨਹੀਂ ਖਾਂਦੇ ਹੈਗੇ ਜਾਂ ਕਹਿੰਦੇ ਆ ਵੀ ਸਾਨੂੰ ਬਹੁਤ ਜ਼ਿਆਦਾ ਤੇ ਰਿਜ਼ਲਟ ਮਿਲੇ ਪਰ ਆਪਾਂ ਛੇਤੀ ਰਿਜ਼ਲਟ ਵਾਲੀਆਂ ਚੀਜ਼ਾਂ ਦੱਸਾਂਗੇ ਕਾਲੀ ਜੀਰੀ ਆ ਬੰਦੇ ਨੇ ਚੰਗੀ ਤਰ੍ਹਾਂ ਦੇਖੋ ਰਗੜ ਕੇ ਇਹਦਾ ਅੱਧਾ ਚਮਚ ਸਵੇਰੇ ਖਾਲੀ ਪੇਟ ਲੈਣਾ ਕਾਲੀ ਜੀਰੀ ਦੀ ਕਾਲੀ ਜੀਰੀ ਦਾ ਸਿਰਫ ਅੱਧਾ ਚਮਚ ਇਹ ਕਿੱਥੋਂ ਲੈ ਕੇ ਆਏ ਹੋ ਜੀ ਕਾਲੀ ਜੀ ਬਸ ਇਹ ਇੱਥੋਂ ਮਿਲ ਜਾਂਦੀ ਹੈ ਜੀ ਹਰ ਜਗ੍ਹਾ ਅੱਧਾ ਚਮਚ ਇਹਦਾ ਤੁਸੀਂ ਖਾਲੀ ਪੇਟ ਲੈਣਾ ਸ਼ੁਰੂ ਕਰ ਦਿਓ ਅੱਜ ਵਜ਼ਨ ਚੈੱਕ ਕਰ ਲਿਓ ਤੇ ਮਹੀਨੇ ਬਾਅਦ ਚੈੱਕ ਕਰ ਲਿਓ ਅਰੇ ਜੇ ਸਾਈਡ ਇਫੈਕਟ ਕੋਈ ਨਹੀਂ ਕਿਸੇ ਬੰਦੇ ਦੇ ਇਹਦੇ ਸਟ੍ਰੈਚ ਮਾਰਕ ਨਹੀਂ ਪੈਣਗੇ ਜਿਵੇਂ ਔਰਤਾਂ ਦੇ ਕਈ ਵਾਰੀ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਖਾ ਕੇ ਸਟ੍ਰੈਚ ਮਾਰਕ ਲੈਣਾ ਪੈ ਜਾਂਦੀਆਂ ਕੋਈ ਵੀਕਨੈਸ ਨਹੀਂ ਆਉਂਦੀ ਕੋਈ ਸਟ੍ਰੈਚ ਮਾਰਕ ਨਹੀਂ ਪੈਂਦਾ ਸਭ ਗਰਮ ਪਾਣੀ ਦੇ ਨਾਲ ਆਹ ਦੇਖੋ ਤੁਸੀਂ ਅਰਗਵੱਧ ਐ ਇਹ ਐਡੀ ਕਮਾਲ ਦੀ ਚੀਜ਼ ਐ ਤੁਹਾਡੀ ਜਿਹੜੀ ਚਰਬੀ ਐ ਪੇਟ ਦੀ ਫालतू ਚਰਬੀ ਐ ਉਹਨੂੰ ਤੁਸੀਂ ਇਹ ਕਹਿ ਲੋ ਵੀ ਜਿੱਦਾਂ ਤੁਸੀਂ ਫਲੱਸ਼ ਸੀਟ ਤੇ ਤਜਾ ਪਾਉਨੇ ਹੋ ਹਰਪਿਕ ਪਾਉਨੇ ਹੋ ਓਦਾਂ ਇਹਨੂੰ ਨਿਚੋੜ ਕੇ ਬਾਹਰ ਕੱਢ ਦਿੰਦਾ ਇੰਨੀ ਕਮਾਲ ਦੀ ਚੀਜ਼ ਐ ਅਰਗਵੱਧ ਦਾ ਤੁਸੀਂ ਅੱਧਾ ਚਮਚ ਰਾਤ ਨੂੰ ਗਰਮ ਪਾਣੀ ਨਾਲ ਸੌਣ ਲੱਗੇ ਲੈਣਾ ਨਾਲੇ ਤੁਹਾਡਾ ਪੇਟ ਸਾਫ਼ ਨਾਲੇ ਤੁਹਾਨੂੰ ਕਬਜ਼ ਨਹੀਂ ਰਹਿਣੀ ਨਾਲੇ ਤੁਹਾਡਾ ਮੋਟਾਪਾ ਨਹੀਂ ਰਹਿਣਾ ਐਡੀ ਕਮਾਲ ਦੀ ਚੀਜ਼ ਐ ਹੁਣ ਸਭ ਤੋਂ ਵਧੀਆ ਚੀਜ਼ਾਂ ਆ ਗਈਆਂ ਹਰ ਬੰਦੇ ਨੇ ਆਮ ਸੁਣੀਆਂ ਇਹ ਇਹ ਤੁਹਾਡੀ ਹਰੜ ਹੋ ਗਈ ਇਹ ਬੇੜਾ ਹੋ ਗਿਆ ਇਹਨਾਂ ਦਾ ਚੂਰਨ ਪੜਾ ਕੇ ਰੱਖ ਲੋ ਰਾਤ ਨੂੰ ਇੱਕ ਚਮਚ ਪਿਉਂਦੋ ਸਵੇਰੇ ਖਾਲੀ ਪੇਟ ਉੱਠ ਕੇ ਪੀ ਲੈਣਾ ਐਨੇ ਸੌਖੇ ਤਰੀਕੇ ਨਾਲ ਤੁਸੀਂ ਮੋਟਾਪਾ ਘਟਾ ਸਕਦੇ ਹੋ ਬਾਕੀ ਤੁਸੀਂ ਜਿਹੜਾ ਬਾਹਰਲਾ ਖਾਣਾ ਬਿਨਾ ਜਿੰਨਾ ਆਪਾਂ ਗੰਦਮੰਦ ਖਾਣੇ ਆ ਘੋਲ ਗੱਪੇ ਹੋ ਗਏ ਜਾਂ ਇਹ ਹੋ ਗਿਆ ਪਤਾ ਨਹੀਂ ਕਿੰਨੇ ਕੋਹ ਤਲੀਆਂ ਹੋਈਆਂ ਚੀਜ਼ਾਂ ਉਹਨਾਂ ਚੀਜ਼ਾਂ ਨੂੰ ਬੰਦ ਕਰੋ ਤਾਂ ਮਟਾਪਾ ਤਾਂ ਤੁਹਾਡੇ ਉੱਤੇ ਆਉਂਦਾ ਨਹੀਂ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਫਿਟਨੈਸ ਹੈ ਉਹੀ ਸਭ ਤੋਂ ਵੱਡੀ ਤੰਦਰੁਸਤੀ ਹੈ ਅੱਛਾ ਡਾਕਟਰ ਸਾਹਿਬ ਹੋਰ ਵੀ ਜਿਹੜਾ ਅਹਿਮ ਸਵਾਲ ਆਇਆ ਸੀ ਜੀ ਵਜ਼ਨ ਜ਼ਿਆਦਾ ਹੋਣ ਕਰਕੇ ਬਹੁਤ ਵਾਰ ਹੁੰਦਾ ਹੈ ਕਿ ਐਸਿਡਿਟੀ ਹਰ ਵੇਲੇ ਬਣਦੀ ਰਹਿੰਦੀ ਹੈ ਤਜ਼ਾਬ ਜਿਹੜਾ ਉਹ ਹਰ ਵੇਲੇ ਬਣਦੇ ਰਹਿੰਦਾ ਹੈ ਵਜ਼ਨ ਤਾਂ ਹੌਲੀ-ਹੌਲੀ ਘਟਣਾ ਹੈ ਪਰ ਐਸਿਡਿਟੀ ਤੇ ਤਜਾਬ ਤੋਂ ਜਿਹੜੇ ਮੋٹے ਬੰਦੇ ਨੇ ਉਹ ਕਿਵੇਂ ਖੜਾ-ਛੜਾ ਸਕਦੇ ਨੇ ਦੇਖੋ ਜਿਹੜਾ ਆਪਾਂ ਨੇ ਦੱਸਿਆ ਹਰੜ ਤੇ ਬਿਹੜਾ ਜੀ ਇਹ ਐਸਿਡਿਟੀ ਤਜਾਬ ਕੰਟਰੋਲ ਕਰਨ ਵਾਸਤੇ ਸਭ ਤੋਂ ਉੱਤਮ ਔਸ਼ਧੀ ਹੈ ਇਸੇ ਕਰਕੇ ਆਪਾਂ ਰਾਤ ਨੂੰ ਭੋਓ ਕੇ ਸਵੇਰੇ ਖਾਣ ਵਾਸਤੇ ਕਿਉਂਕਿ ਇਹਨੇ ਤੁਹਾਡੇ ਲੀਵਰ ਦਾ ਖਾਲੀ ਪੇਟ ਤੋਂ ਜਿਹੜਾ ਹਾਜਮਾ ਉਹ ਤੇਜ਼ ਕਰ ਦੇਣਾ ਜਿਹੜਾ ਉਹਨੂੰ ਪਚਾਉਣ ਦੇ ਵਿੱਚ ਖਾਣਾ ਹਾজম ਕਰਨ ਦੇ ਵਿੱਚ ਜ਼ੋਰ ਨਾ ਲੱਗੇ ਠੀਕ ਹੈ ਜੀ ਜ਼ੋਰ ਨਹੀਂ ਲੱਗੂਗਾ ਉਹ ਤੰਦਰੁਸਤ ਰਹੂਗਾ ਲੀਵਰ ਵੀ ਤੁਹਾਡਾ ਤੰਦਰੁਸਤ ਰਹੂਗਾ ਤਾਂ ਇਹ ਆਪਾਂ ਨੇ ਪਹਿਲਾਂ ਇਹੀ ਦੇਣਾ ਵੀ ਹਾਂ ਵੀ ਆਪਣਾ ਜਿਹੜਾ ਅਗਲਾ ਤੁਸੀਂ ਖਾਣਾ ਖਾਣਾ ਹੈ ਉਹਨੂੰ ਪਚਾਉਣ ਵਾਸਤੇ ਜਿਹੜਾ ਹੈਗਾ ਤੁਹਾਡਾ ਲੀਵਰ ਤਿਆਰ ਬੈਠਾ ਉਹ ਉਹਨੂੰ ਛੇਤੀ ਹਾਜ਼ਮ ਕਰਨ ਦੇ ਵਿੱਚ ਅੱਛਾ ਡਾਕਟਰ ਸਾਹਿਬ ਤੁਸੀਂ ਇਹ ਵੀ ਦੱਸਣੀ ਸੀ ਬੁਟਾਪਾ ਆ ਵੀ ਨਾ ਬੰਦਿਆਂ ਨੂੰ ਜਾਂ ਜਿਹੜੇ ਜਿਨ੍ਹਾਂ ਨੂੰ ਡਰ ਹੈ ਕਿ ਸਾਡੇ ਨਾਲ ਜੀ ਵਿਰਸੇ 'ਚੋਂ ਮੇਰਾ ਦਾਦਾ ਵੀ ਬੜਾ ਮੋਟਾ ਸੀ ਮੇਰਾ ਪਿਓ ਵੀ ਬੜਾ ਮੋਟਾ ਸੀ ਮੋٹے-ਮੋٹے ਢਿੱਡਾਂ ਵਾਲੇ ਸੀ ਹਨਾ ਤੇ ਉਹਨੂੰ ਡਰ ਹੈ ਵੀ ਕਿਤੇ ਉਹ ਉਹਨਾ ਮੋਟਾ ਹੋ ਜੇ ਉਹਨੂੰ ਸਵੇਰੇ ਦੁਪਹਿਰੇ ਸ਼ਾਮ ਨੂੰ ਕਿਉਂਕਿ ਅਸੀਂ ਤਿੰਨ ਟਾਈਮ ਮੀਲ ਲੈਣ ਵਾਲੇ ਲੋਕ ਆ ਉਹਨੂੰ ਕਿਹੜੇ ਪਰਹੇਜ਼ ਰੱਖਣੇ ਚਾਹੀਦੇ ਨੇ ਇਹ ਕਿਹੋ ਜਿਹਾ ਮੀਲ ਹੈਗਾ ਕਿਹੋ ਜਿਹਾ ਜਿਹੜਾ ਉਹਨੂੰ ਭੋਜਨ ਹੈਗਾ ਉਹ ਖਾਣਾ ਚਾਹੀਦਾ ਤੇ ਕਿਸ ਚੀਜ਼ ਤੋਂ ਪਰਹੇਜ਼ ਕਰਨਾ ਪਏਗਾ ਉਹਨੂੰ ਦੇਖੋ ਜੀ ਪਰਹੇਜ਼ ਸਭ ਤੋਂ ਪਹਿਲਾਂ ਤਾਂ ਆਪਾਂ ਦੱਸਿਆ ਵੀ ਮਿੱਠੇ ਤੋਂ ਦੂਜਾ ਨੰਬਰ ਆ ਗਿਆ ਤੁਸੀਂ ਡਾਲ ਡੇਅ ਰਫੈਂਡ ਕੀ ਇਹ ਬਰਤਨੇ ਘਰ ਤੋਂ ਛੱਡ ਦਿਓ ਦੇਸੀ ਕੀ ਬੰਦਾ ਖਾਵੇ ਰੱਜ ਕੇ ਕਦੇ ਮਟਾਪਾ ਨਹੀਂ ਆਊਗਾ ਅੱਜ ਦੇ ਸਮੇਂ ਦੇ ਵਿੱਚ ਡਾਕਟਰਾਂ ਨੇ ਇੰਨੇ ਬਹਿਮ ਪਾਏ ਹੋਏ ਨੇ ਵੀ ਬੀਪੀ ਵਾਧਾ ਜੀ ਇਹਦੇ ਨਾਲ ਇਹਦੇ ਨਾਲ ਮਟਾਪਾ ਵਧੂਗਾ ਕੋਲੇਸ ਦੂਗਾ ਜਿਹੜਾ ਬੰਦਾ ਦੇਸੀ ਕੀ ਪਿਓਰ ਖਾਂਦਾ ਹੈ ਕਦੇ ਵੀ ਉਹਦਾ ਮਟਾਪਾ ਨਹੀਂ ਵੱਧ ਸਕਦਾ ਕਿਉਂਕਿ ਇਹਨੇ ਤੁਹਾਡੀ ਅੰਤੜੀ ਨੂੰ ਕਲੀਨ ਕਰਨਾ ਹੈ ਤੁਹਾਡੀ ਅੰਤੜੀ ਨੂੰ ਸਾਫ਼ ਰੱਖਣਾ ਹੈ ਜਿਹੜੀ ਚੀਜ਼ ਤੁਹਾਡੀ ਅੰਤੜੀ ਨੂੰ ਸਾਫ਼ ਰੱਖਦੀ ਹੈ ਉਹ ਤੁਹਾਡਾ ਮਟਾਪਾ ਵਧਣ ਕਿਵੇਂ ਦੇ ਸਕਦੀ ਹੈ ਠੀਕ ਹੈ ਜੀ ਉਹ ਇੱਕ ਤੁਹਾਨੂੰ ਬਿਮਾਰ ਕਰਨ ਦੇ ਬਹਿਮ ਪਾ ਦਿੱਤੇ ਨੇ ਅੱਜ ਦੇ ਸਮੇਂ ਦੇ ਵਿੱਚ ਡਾਕਟਰ ਤੁਹਾਨੂੰ ਕਦੇ ਨਹੀਂ ਕਹਿੰਦੇ ਵੀ ਹਾਂ ਵੀ ਬਰਜਿਸ਼ ਕਰੋ ਖਰਾਕ ਖਾਓ ਉਹ ਤੁਹਾਨੂੰ ਕਹਿਣਗੇ ਵੀ ਖਰਾਕ ਬੰਦ ਕਰ ਦਿਓ ਬਰਜਿਸ਼ ਵੇਸ਼ਕ ਨਾ ਕਰੋ ਇਹ ਗੱਲ ਹੈ ਵੇ ਤੁਸੀਂ ਉਹ ਚੀਜ਼ਾਂ ਖਾਂਦੇ ਰਹੋਗੇ ਹਰ 4 ਘੰਟੇ ਬਾਅਦ ਆਪਣੀ ਖਰਾਕ ਖਾਓ ਪੇਟ ਨੂੰ ਖਾਲੀ ਨਾ ਰੱਖੋ ਖਾਣਾ ਖਾਣ ਤੋਂ ਪਹਿਲਾਂ 400 ਤੋਂ 500 ਗ੍ਰਾਮ ਜਿਹੜਾ ਸਲਾਦ ਆ ਉਹ ਭਰ ਕੇ ਪਲੇਟ ਖਾਣਾ ਖਾਣ ਤੋਂ ਪਹਿਲਾਂ ਖਤਮ ਕਰ ਦਿਓ ਖਾਣੇ ਦੇ ਨਾਲ ਨਹੀਂ ਲੈਣਾ ਖਾਣੇ ਤੋਂ ਬਾਅਦ ਨਹੀਂ ਲੈਣਾ ਤਾਂ ਤੁਹਾਡਾ ਮਟਾਪਾ ਕਦੇ ਜ਼ਿੰਦਗੀ 'ਚ ਵਧ ਨਹੀਂ ਸਕਦਾ ਜੀ 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 ਪਾਣੀ ਦਾ ਵੀ ਕੋਈ ਪਰਹੇਜ਼ ਹੋ ਸਕਦਾ ਹੈ ਜੇ ਅਗਰ ਪਾਣੀ ਤੁਸੀਂ ਕਹਿ ਰਹੇ ਸੀ ਕਿ ਪਾਣੀ ਦੀ ਮਿਗਦਾਰ ਵੀ ਹੈਗੀ ਹੈ ਜਿਹੜੀ ਉਹ ਥੋੜੀ ਬਹੁਤ ਵਧਾਉਣੀ ਪੈਂਦੀ ਹੈ ਬਿਲਕੁਲ ਹੁਣ ਦੇਖੋ ਤੁਸੀਂ ਪਾਣੀ ਆਪਣੀ ਜਿਹੜੀ ਜਟਰਗਨੀ ਆ ਖਾਣੇ ਨੂੰ ਪਚਾਉਣ ਵਾਸਤੇ ਉਹ ਤਿਆਰ ਰਹਿੰ ਸਾਡੇ ਪੇਟ ਦੇ ਵਿੱਚ ਖਾਣਾ ਗਿਆ ਉਹ ਅਸੀਂ ਨਾਲੋਂ ਨਾਲ ਬਰਫ਼ ਵਾਲਾ ਕਈ ਲੋਕ ਤਾਂ ਇਹ ਦੇਖਿਆ ਤੁਸੀਂ ਵੀ ਬਰਫ਼ ਵਾਲਾ ਠੰਡਾ ਪਾਣੀ ਪੀਂਦੇ ਨੇ ਵੀ ਸਾਨੂੰ ਤਾਂ ਜੀ ਬੁਰਕੀ ਲੱਗੀ ਗਲੇ ਨੂੰ ਸਾਨੂੰ ਤਾਂ ਜੀ ਸਾਹ ਨਹੀਂ ਆਉਂਦਾ ਇਹ ਤੁਸੀਂ ਦੇਖੋ ਉਹ ਸਾਡੀ ਅਗਨੀ ਜਿਹੜੀ ਪਚਾਉਣ ਵਾਲੀ ਹੈ ਉਹਨੂੰ ਨਾਲੋਂ ਨਾਲ ਤੁਸੀਂ 부ਝਾਤਾ ਇੱਕ ਬਲਦੀ ਅੱਗ ਪਰ ਠੰਡਾ ਪਾਣੀ ਸਿੱਟਤਾ ਤੁਸੀਂ ਉਹ ਤੁਹਾਡਾ ਖਾਣਾ ਕੀ ਬਣ ਗਿਆ ਐਸਿਡਿਟੀ ਬਣ ਗਈ ਅਮਲਤਾ ਬਣ ਗਈ ਉਹਨੇ ਤੁਹਾਡੇ ਅੰਦਰ ਹੋਰ ਮਟਾਪਾ ਲੈ ਕੇ ਆਉਣਾ ਜਾਂ ਜਾਂ ਕੇ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਵੀ ਖਾਣਾ ਖਾਣ ਤੋਂ 40 ਮਿੰਟ ਪਹਿਲਾਂ ਤੇ 40 ਮਿੰਟ ਬਾਅਦ ਜਿਹੜਾ ਖਾਣਾ ਜਿਹੜਾ ਪਾਣੀ ਪੀਤਾ ਜਾਵੇ ਉਹ ਤੁਹਾਡੇ ਉੱਤੇ ਮਟਾਪਾ ਕਦੇ ਨਹੀਂ ਲੈ ਕੇ ਆਊਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਉਮੀਦ ਕਰਦੇ ਆ ਕਿ ਜਿਹੜੀ ਤੁਹਾਡੀ ਕਾਲੀ ਜੀਰੀ ਹੈ ਹਰੜ ਹੈਗੇ ਬਿਹੇੜੇ ਹੈਗੇ ਨੇ ਇਹ ਲੋਕਾਂ ਦੇ ਜਿਸ ਤਰੀਕੇ ਨਾਲ ਪਹਿਲਾਂ ਵੀਡੀਓਜ਼ ਆਈਆਂ ਲੋਕਾਂ ਨੇ ਬਹੁਤ ਧੰਨਵਾਦ ਦੇ ਵੀ ਫੋਨ ਆਏ ਨੇ ਔਰ ਬਹੁਤ ਲੋਕ ਸ਼ੁਕਰਗੁਜ਼ਾਰ ਵੀ ਨੇ ਕਿ ਛੋਟੇ ਛੋਟੇ ਟੋਟਕੇ ਨਾਲ ਉਹਨਾਂ ਦਾ ਪੇਟ ਹੈਗਾ ਮਟਾਪਾ ਹੈਗਾ ਉਹ ਠੀਕ ਹੋਣਾ ਸ਼ੁਰੂ ਹੋ ਗਿਆ ਜੇ ਤੁਸੀਂ ਟਾਈਮ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਜੀ ਜੀ ਧੰਨਵਾਦ ਜੀ ਬਹੁਤ ਸੋ ਐਸਨ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਭੰਗੂ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਤੁਸੀਂ ਹਲਕੀ-ਫੁਲਕੀ ਐਕਸਰਸਾਈਜ਼ ਹਲਕਾ-ਫੁਲਕਾ ਪਰਹੇਜ਼ ਤੇ ਇਸ ਕਾਲੀ ਜੀਰੀ ਦੇ ਨਾਲ ਤੁਸੀਂ ਆਪਣਾ ਮੋਟਾਪਾ ਹੈਗਾ ਦਿਨਾਂ ਦੇ ਵਿੱਚ ਘਟਾਉਣਾ ਜਿਹੜਾ ਘਟਾ ਸਕਦੇ ਹੋਰ ਘਟਾਣਾ ਤੁਹਾਡਾ ਜਿਹੜਾ ਮੋਟਾਪਾ ਹੈ ਉਹ ਸ਼ੁਰੂ ਹੋ ਸਕਦਾ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਦਿੱਤੇ ਗਏ ਨੰਬਰ ਦੇ ਉੱਤੇ ਵੈਦ ਜਗਰੂਪ ਸਿੰਘ ਭੰਗੂ ਹੋਰਾਂ ਨਾਲ ਕੰਸਲਟ ਕਰ ਸਕਦੇ ਹੋ ਥੱਕ ਗਿਓ ਵਜ਼ਨ ਨਹੀਂ ਤੁਹਾਡਾ ਘਟ ਰਿਹਾ ਤਾਂ ਮੈਨੂੰ ਲੱਗਦਾ ਕੋਈ ਨਾ ਕੋਈ ਹੱਲ ਜਿਹੜਾ ਉਹ ਵੈਦ ਜੀ ਤੁਹਾਨੂੰ ਜ਼ਰੂਰ ਦੇਣਗੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋਗਿਆ ਧੰਨਵਾਦ